ਸਬਸਕ੍ਰਾਈਬ ਦ ਚੈਨਲ ਐਂਡ ਪ੍ਰੈਸ ਦ ਬੈਲ ਨੋਟੀਫਿਕੇਸ਼ਨ ਆਈਕਨ। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ 'ਚ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਤੇ ਵੱਡਾ ਹਮਲਾ ਕਰਦੇ ਹੋਏ ਕਾਂਗਰਸ ਤੇ ਵੀ ਵਾਰ ਕੀਤੇ। ਜਦੋਂ ਮਜੀਠੀਆ ਤੋਂ ਸਿੱਧੂ ਦੇ ਵਿਭਾਗ ਬਦਲੇ ਜਾਣ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਸਿੱਧੂ ਤਾਂ ਇੰਨਾ ਕਾਬਿਲ ਹੈ ਕਿ ਇਸ ਨੂੰ ਆਲ ਇੰਡੀਆ ਕਾਂਗਰਸ ਦਾ ਪ੍ਰਧਾਨ ਬਣਾਉਣਾ ਚਾਹੀਦਾ। ਉਹਨਾਂ ਨੇ ਕਿਹਾ ਕਿ ਪ੍ਰਧਾਨ ਰਾਹੁਲ ਗਾਂਧੀ ਤਾਂ ਲੋਕ ਸਭਾ ਚੋਣਾਂ 'ਚ ਹੋਈ ਹਾਰ ਕਾਰਨ ਪਹਿਲਾਂ ਹੀ ਸੋਗ 'ਚ ਹਨ ਅਤੇ ਜੇਕਰ ਸਿੱਧੂ ਨੂੰ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾ ਦਿੱਤਾ ਜਾਂਦਾ ਹੈ ਤਾਂ ਹੋ ਸਕਦਾ ਹੈ। ਮੈਂ ਤਾਂ ਆਪ ਕੈਪਟਨ ਸਾਹਿਬ ਤਾਂ ਸਮਝਦਾ ਕਿ ਫੈਸਲਾ ਨਹੀਂ ਠੀਕ ਜੀ, ਐਡਾ ਕਾਬਿਲ ਮੰਤਰੀ ਉਹਨੂੰ ਹਟਾ ਦੇਣਾ ਜਿਹਨੇ 6,000 ਕਰੋੜ ਨਹੀਂ, ਮੇਰਾ ਤਾਂ ਕਾਬ ਲਿਖੋ ਜੀ, ਮੈਂ ਤਾਂ ਕਹਿ ਰਿਹਾ ਉਹਨਾਂ ਦੀ ਜੋ ਉਹਨਾਂ ਨੇ ਦੱਸਿਆ ਕਿ 6,000 ਕਰੋੜ, ਮੇਰੇ ਤਾਂ ਸਦਾ ਹੀ ਮਿੱਤਰ ਰਹਿਣਗੇ ਜੀ, ਤਾਂ ਇਕੱਠੇ ਹੀ ਜਾਵਾਂਗੇ ਜਿੱਦਣ ਗਏ ਉਹਨਾਂ ਨੂੰ ਉਹਦਾ ਨਾਲ ਇਸ ਤਰੀਕੇ ਦਾ ਫੈਸਲਾ ਲੈਣਾ। ਔਰ ਮੈਂ ਸਮਝਦਾ ਉਹਨਾਂ ਦੀ ਕਾਬਲੀਅਤ ਨੂੰ ਵੇਖਦਿਆਂ ਉਹਨਾਂ ਨੂੰ ਹੁਣ ਮਹਿਕਮਾ ਬਿਜਲੀ ਦਾ ਦਿੱਤਾ, ਇਸ ਲਈ ਜਿੰਨਾ ਚਿਰ ਹੁਣ ਬਿਜਲੀ ਆਉਂਦੀ ਆ ਉਨਾ ਚਿਰ ਉਹਦਾ ਸਵਾਦ ਲੈ ਲਓ, ਮੁੜ ਕੇ ਤਾਂ ਪਾਵਰ ਕੱਟ ਹੀ ਹੋਣਾ ਸਭ ਦਾ। ਅਤੇ ਇਹਨਾਂ ਨੂੰ ਕਿਉਂ ਨਾ ਇਹਨਾਂ ਦੀ ਕਾਬਲੀਅਤ ਨੂੰ ਵੇਖਦਿਆਂ, ਹੁਣ ਰਾਹੁਲ ਗਾਂਧੀ ਤਾਂ ਹੈਗਾ ਸ਼ੋਕ 'ਚ ਅਤੇ ਲਾਫਟਰ ਸ਼ੋ ਨੂੰ ਲਾ ਦਿਓ, ਕੋਈ ਕਾਂਗਰਸੀਆਂ ਦੇ ਚਿਹਰਿਆਂ 'ਚ ਹਾਸਾ ਤਾਂ ਆਵੇ, ਇਹਨੂੰ ਪ੍ਰਧਾਨਗੀ ਆਲ ਇੰਡੀਆ ਕਾਂਗਰਸ ਦੀ ਦਿਵਾਉਣ, ਕਿਉਂਕਿ ਐਡੇ ਵੱਡੇ ਸਟੇਚਰ ਦਾ ਬੰਦਾ ਹੈ, ਐਡਾ ਕਾਬਲ ਬੰਦਾ ਹੈ, ਉਹਦੇ ਕੋਲੋਂ ਐਡਾ ਜਿਹਨੇ ਐਡੇ ਚੰਗੇ ਕੰਮ ਉਹ ਕਹਿੰਦਾ ਮੈਂ ਕੀਤੇ ਆ, ਉਹ ਤੋਂ ਇਹ ਵਜ਼ੀਰੀ ਲੈ ਲੈਣੀ। ਮੈਂ ਸਮਝਦਾ ਹੀ ਇਜ਼ ਅ ਫਿੱਟ ਕੇਸ ਫੋਰ ਆਲ ਇੰਡੀਆ ਕਾਂਗਰਸ ਦੀ ਪ੍ਰੈਜ਼ੀਡੈਂਟਸ਼ਿਪ, ਨਾਲੇ ਥੋੜ੍ਹਾ ਹਾਸਾ ਖੇਡਾ ਕਰਕੇ ਕਾਂਗਰਸ ਨੂੰ ਇਸ ICU 'ਚੋਂ ਕੱਢਣ 'ਚ ਕਾਮਯਾਬ ਰਹਿਣਗੇ। ਇਹਨਾਂ ਨੂੰ ਤਾਂ ਵੱਡੀ ਜ਼ਿੰਮੇਵਾਰੀ ਇਸ ਤੋਂ ਵੀ ਗਾਂਹ ਦੀ ਦੇਣੀ ਚਾਹੀਦੀ। ਇਹਨਾਂ ਨੇ ਇੱਕ ਬਿਆਨ ਦਿੱਤਾ ਜੀ ਕਿ ਮੈਂ ਐਡਾ ਚੰਗਾ ਕੰਮ ਕੀਤਾ ਕਿ ਮੈਂ 6,000 ਕਰੋੜ ਦੇ ਉਹ ਬਣਾਈਆਂ ਸਕੀਮਾਂ, ਔਰ 10,000 ਆ ਜੀ, 10,000 ਕਰੋੜ, ਔਰ ਤੁਸੀਂ ਹੈਰਾਨ ਹੋ ਜਾਓਗੇ ਕਿ ਅੰਮ੍ਰਿਤਸਰ ਤਾਂ ਕੂੜਾ ਹੀ ਨਹੀਂ ਚੁੱਕਿਆ ਜਾਂਦਾ ਸੀ। ਅਤੇ ਇੱਕ ਜਿਹੜੀ ਉਹ ਪਾਰਕ ਹੈ ਆਪਣਾ ਮਹਾਰਾਜਾ ਰਣਜੀਤ ਸਿੰਘ, ਜਿਹੜੀ ਉਹ ਰਾਮਬਾਗ ਮੇਨ ਉਹ ਸੜਕ ਮਾਲ ਰੋਡ ਵਾਲੀ, ਉਹ ਵਿੱਚ ਹੀ ਡਿੱਗੀ ਨੂੰ ਪਤਾ ਨਹੀਂ ਇਹਨਾਂ ਦੇ ਸਮੇਂ 'ਚ। ਤੁਸੀਂ ਵੇਖੋ ਮਾਲ ਰੋਡ ਮਤਲਬ ਰੋਲੈਂਸ ਰੋਡ ਦੇ ਚੁਰਾਹੇ ਤੋਂ ਮਾਲ ਰੋਡ ਦੀ ਸਭ ਤੋਂ ਮੋਸਟ ਵਿਜ਼ਿਟਡ ਸੜਕ ਸੀ, ਉਹਨਾਂ ਤੋਂ ਉਹੀ ਨਹੀਂ ਰਿਪੇਅਰ ਹੋ ਸਕੀ। ਸਿੱਧੂ ਦੇ ਹਾਸੇ ਮਜ਼ਾਕ ਨਾਲ ਹਾਰ ਕਾਰਨ ICU 'ਚ ਗਈ ਕਾਂਗਰਸ ਦੀ ਹਾਲਤ ਸੁਧਰ ਸਕੇ? ਸਟਾਰ ਕੈਨੇਡਾ TV ਲਈ ਬਿਊਰੋ ਰਿਪੋਰਟ।